इतरिया जूआ तेन पदिया नो ए स्कूलों ही पवा पवा के आना है तू जूआ अखींदा कग्गी मरा ले का से वेचो मैं स्कूलों ते जने काई नहीं पाया ओए ओए उन्ना दे बाल अगली खाता खोल के बह जानी है अब मैं सेव ही चुकट दी पाया ते मुंह है तो थोड़ी ही पेन दी पाया हाय हाय पता नहीं तेनू तो हद हो गई है जू आई तो कट दी पाया तो थू थू आउंदे हुंदी बैठी तू टिकला जा हाथ धोयला पर या स्कूल दे विच सेव बराई वदा कि दा बाल अगे वेखे ओ दा कमजोर होया ओ वाला शैंपू या इंदा कौन करा छड़े ना अगर तैनो भी पईयां आदियां पहले तेरा मैं टेंड कर वैनी उठी मेनू तो के नहीं पईयां आदियां मेरी भैन देख आईयां जू कदी नो की गल है क्यों परेशान परेशान आयो बाल परेशान आज तन्नू के परेशानी है मेरा ब्याह उत्थे जाके खा लिया तो उत्थे खा लिया गाय पक्के ना पक्के एडी के टेंशन है बैं खादी है नहीं खादी उदाई जो मरदियां सारे दिन नंबरां दे गाय काम करदियां आए उन्हां दा भला होवे जे मैनू थिगड़ा ही पावां ते दे छड़ देन कोई जुत्ती भी दे छड़ देन कोई मेरा ख्याल कर दे मेरे ब्याहां दा मेरा ध्यान पाई तो वधी है ना मिलो के वेखण वाला तो नहीं ना दा वे किदू लै सो हां ई ओ गल है नक नबूज तक जिया वदा है तुहाडा ਸਾਡਾ ਪਿਓ ਕਿਸੇ ਖਾਤੇ ਦਾ ਹੁੰਦਾ ਤੇ ਮੋਈ ਕੀ ਗੱਲ ਆ ਇਹ ਗੱਲ ਹੈ ਨਾ ਤੂੰ ਆ ਵੇਖ ਲਾ ਵੀ ਸਾਡੇ ਪਿਓ ਨੂੰ ਇਹ ਸੋਚ ਹੁੰਦੀ ਤਾਂ ਅਸਾਂ ਆ ਪ੍ਰਭੂ ਤੇ ਇੱਥੇ ਧੱਕੇ ਲੈਣੇ ਆਂ ਜਿੜਕਾਂ ਜਲਨੀਆਂ ਆਂ ਮਿਲਾ ਕੋਲੋਂ ਅਗਰ ਪਿਓ ਜੂ ਇਹ ਸਾਰੀ ਜ਼ਿੰਦਗੀ ਆਪ ਹੀ ਉਸ ਨਿਭਾਈ ਹੈ ਤੇ ਕੀਤੀ ਹੈ ਅਗੂ ਪੋਤੇ ਲੈ ਕੇ ਬਾਹ ਜਾਂਦੇ ਪੋਤੇ ਉਸ ਤੂੰ ਨਹੀਂ ਲੈ ਕੇ ਨਾ ਜੇਵਾ ਇਹਨੂੰ ਸਾਰਾ ਦੇ ਇਹ ਹੁੰਦਾ ਹੈ ਤੇ ਪੂਰਾ ਅੱਡਾ ਹੁੰਦਾ ਹੈ ਤੇ ਅੱਡੇ ਤੇ ਪੂਰੇ ਮਰਦਾਂ ਦੇ ਸਨੇਹ ਚਾਹ ਕੇ ਤੇ ਲੋਕਾਂ ਦੇ ਗਲਾਂ ਹੀ ਦਿੰਦਾ ਵਾ ਦਉਂਦਾ ਲੱਖ ਲਾਨਾ ਤੇ ਹੋਈ ਜ਼ਿੰਦਗੀ ਤੇ ਇਹ ਨਿਕੰਮੇ ਕੰਮ ਤੇ ਲੱਗਾ ਹੋਇਆ ਕਿਸੇ ਤਰੀਕੇ ਦਾ ਖਾਣਾ ਹੀ ਹੈ ਬਗਾ ਤਾਂ ਇੱਕਾ ਢੂਟੀ ਵਦਾ ਦਾਲ ਪੋਏ ਦਾ ਕਾਹ ਕੇ ਖਾਣਾ ਗੈਰਤ ਦੀ ਖਾ ਲਾ ਇਹ ਦੱਸ ਮੈਂ ਭਾਵੇਂ ਨਹੀਂ ਵੀ ਮਿਹਨਤ ਮਜ਼ਦੂਰੀ ਕਰੇਂਦਾ 2-400 ਆਵੇ ਉੱਥੇ ਲੈਣਾ ਜੂਆ ਕਦੀ ਬਾਅਦ ਜੇ ਤੇ ਲੈ ਕਦੀ ਸ਼ਾਬਾਸ਼ ਸ਼ਾਬਾਸ਼ ਕਿਹੜਾ ਨੇਕ ਬੋਲਿਆ ਉਹ ਕਿਹੜੇ ਦੇ ਹਾਂ ਨਲਕਾ ਸਾਡੇ ਘਰ ਕੋਈ ਨਹੀਂ ਲੱਗੋ ਆ ਤੇ ਵਿਆਹ ਮੇਰੇ ਜੇ ਦਿਮਾਗ ਤੇਰਾ ਸਹੀ ਹੈ ਜਦੋਂ ਮੈਂ ਜਿੱਤਿਆ ਨਾ ਲੱਖ ਡੇਢ ਲੱਖ ਰੁਪਇਆ ਤੁਹਾਡਾ ਮੂੰਹ ਡਿੰਗਾ ਹੋ ਜਾਵਣਾ ਤੇ ਮੈਂ 1 ਰੁਪਇਆ ਵਿੱਚ ਕੋਈ ਨਹੀਂ ਸੁਣਿਆ ਮੈਂ ਅੱਲਾ ਕਰ ਸੀ ਕਦੀ ਉਹ ਖਾਦ ਸਾਡਾ ਪੂਰਾ ਹੋ ਸੀ ਮੈਂ ਅਨੀਆ ਅੱਲਾ ਕਰੇ ਤੁਸੀਂ ਲਾਇਆ ਤੇ ਵਾਕਿਆ ਹੀ ਮੇਰਾ ਮੂੰਹ ਡਿੰਗਾ ਹੋ ਜਰਾ ਸੀ ਸ਼ੁਰੂ ਕੀਤੀ ਆ ਮੈਂ ਕਦੀ ਨਾ ਉਹ ਜੇ ਹਫਤੇ ਬਾਅਦ ਥੋੜੀ ਬਾਲੀ ਐਵੇਂ ਛੇਕ ਲਗਾਤਾ ਉਹ ਕਿਹੜੇ ਪਿਓ ਦੇ ਪਤਾ ਕੋਈ ਨਾ ਮੋੜ ਹਾਂ ਆਪ ਪਤਾ ਨਹੀਂ ਕਿਦੇ ਕਿਦੇ ਖਵਿੰਦਾ ਬਤਿਆ ਹੁਣ ਤਾਈ ਕਿਦੇ ਕਿਦੇ ਖਵਿੰਦਾ ਰਿਹਾ ਹੈ ਜੇ ਮਾਂ ਸਾਡੀ ਆਈ ਉਹ ਕਦੋਂ ਲੈ ਕੇ ਆਉਂਦੀ ਆਏ ਉਸ ਜਨਾਬ ਮੁੜ ਗੈਰਤ ਜਾਗ ਗਈ ਮੁੜ ਜਨਾਬ ਆ ਕੇ ਤੂੰ ਕਦੇ ਇਸ ਬੰਦੇ ਕੋਲ ਖਲੋ ਕੇ ਮੰਗਦੇ ਪਏ ਹੁੰਦੀ ਕਦੇ ਇਸ ਬੰਦੇ ਕੋਲ ਖਲੋ ਕੇ ਮੰਗਦੇ ਪਏ ਉਲਟਾ ਉਹਨੇ ਲੜ ਕੇ ਘਰੋਂ ਘਰ ਚੜਿਆ ਜਦੋਂ ਤੂੰ ਆਪ ਨੂੰ ਕਮਾਈਂਦਾ ਆਪ ਨੂੰ ਲੈ ਕੇ ਆਉਂਦਾ ਉਹ ਕਿਦੋਂ ਤਾਂ ਉਸ ਮੰਗ ਕੇ ਖਾਣਾ ਹੀ ਆ ਐਡਾ ਗੈਰਤ ਆ ਆਪ ਕਿਉਂ ਨਹੀਂ ਕਮਾਈਂਦਾ ਥੋੜਾ ਕਮਾਈਂਦਾ ਜਿਹੜਾ ਕਮਾਈਂਦਾ ਸੰਤ ਦਿੰਦਾ ਕੋਈ ਨਹੀਂ ਬਾਹਰ ਹੀ ਕਿਸੇ ਨੂੰ ਕਮਾਈਂਦਾ ਚੰਗਾ ਭਲਾ ਪੈਸਾ ਕਮਾਈਂਦਾ ਹੀ ਠੈਟਾ ਜਾ ਕੇ ਕਹਿੰਦਾ ਹੀ ਤੇ ਉੱਥੇ ਪੈਸਾ ਕਮਾਈਂਦਾ ਹੀ ਪਿਓ ਸਾਡਾ ਪਤਾ ਨਹੀਂ ਇਸ ਪੈਸਾ ਕਿਤੇ ਗੱਤੇ ਆ ਮੈਨੂੰ ਤਾਂ ਲੱਗਦਾ ਕਿ ਇਸ ਜਮਾ ਕੀਤੋ ਹੈ ਆਇਆਸ਼ੀਆਂ ਕਰਦਾ ਕਿ ਮੈਨੂੰ ਤਾਂ ਹੋਰ ਹੋਰ ਲੱਗਦਾ ਇਹਨੇ ਕਿਸੇ ਖੁਸਰੇ ਨਾਲ ਤਲਾਕਾਤ ਨਹੀਂ ਸੋਤਾ ਬੈਵੀਆਂ ਆਤਾ ਤਾਂ ਇਸੂ ਆਤਾ ਬੈਵੀਆਂ ਇਹਨ ਤਾਂ ਵਾਸਤੇ ਤਾਂ ਨਾ ਅੰਮਾ ਨੂੰ ਰਾਂ ਦਿੱਤੋ ਸੇ ਤੇ ਅਸੀਂ ਆ ਤੇ ਅਸੀਂ ਜੇ ਬੂਏ ਬੂਏ ਤੂੰ ਧੱਕੇ ਖਾ ਲੈ ਕੇ ਤੇ ਖਾਂਦੇ ਪਏ ਆ ਉਹ ਵੀ ਕਿਹੜਾ ਖਾਦਾ ਤੇ ਖਾਮੋ ਹੈ ਜੇ ਆ ਸਕਿਆ ਮੰਗ ਮੰਗ ਕੇ ਜਿਵੇਂ ਸਾਡੇ ਨਾਲ ਹੁੰਦੀ ਪਈ ਹੈ ਨਾ ਐਵੇਂ ਰੱਬ ਕਰੇ ਸੁਸ ਆਪਣੇ ਨਾਲ ਵੀ ਤੇ ਨੇੜੇ ਵੀ ਕੋਈ ਨਹੀਂ ਮੈਂ ਤਾਂ ਜਾਵਣਾ ਇੰਦੇ ਹਲਾ ਹਾਂ ਅਸੀਂ ਤਾਂ ਗਏ ਖਲੋਤੇ ਆ ਅਸੀਂ ਤਾਂ ਜਿਵੇਂ ਜਾ ਕੇ ਉਹਦੀਆਂ ਲੱਤਾਂ ਘੁੱਟਵੀਆਂ ਨੂੰ ਅਸੀਂ ਮੈਂ ਤਾਂ ਐ ਰੰਗੇ ਆ ਤੂੰ ਹੈ ਕਿਹੜੇ ਨਾ ਜਾਸੀ ਅਸੀਂ 9 ਵੇਰ ਦਾ ਜਸਾ ਅੱਲਾ ਪਾ ਕੇ ਸਜਾਨ ਤੇ ਦੇਵਾਂ ਨੇ ਦੇ ਕੇ ਬੰਦੇ ਜਾਂਦੇ ਤੇ ਦੇ ਕੇ ਸਾਡੇ ਪਿਓ ਜਿਵੇਂ ਸਾਨੂੰ ਉਹਨ ਉਹ ਸੌਖਿਆ ਕੀਤਾ ਹੀ ਕੀਤਾ ਅੱਗੂ ਮੇਰੇ ਵਿਆਹਾਂ ਹੀ ਔਖਿਆ ਕੀਤਾ ਆ ਆ ਵੇਖ ਲਓ ਕੋਈ ਕਮਾ ਲਓ ਆ ਕੁਝ ਕਮਾ ਲਓ ਕੁਝ ਗੈਰਤ ਦੀ ਗੋਲੀ ਤੁਸੀਂ ਖਾ ਲਓ ਅੱਛਾ ਮੈਂ ਜਾਣਾ ਕੋਈ ਸਨੇਹ ਸਨੇਹ ਦੇ ਆ ਤੇ ਕੋਈ 500-600 ਲਾਇਆ ਹਾਂ ਮੈਂ ਜਾਵਣਾ ਉਹ ਕਲੋਤਾ ਚੌਧਰੀ 500 ਰੁਪਏ ਦੇ ਲੈ ਕੇ ਮੈਂ ਪਹਿਲੇ ਗਾਰਡਨ ਪਾਸ ਰਸਾ ਲੈਖ ਲਾਨਾ ਤੇ ਮੇਰੇ ਉੱਤੇ ਹੁਣ ਤਾਂ ਖਾਪ ਖਾਪ ਕੇ ਤੇ ਆਖੇ ਮੈਂ ਜਾਵਾਂ ਚੌਧਰ ਖਲਾਏ ਉਹਦਾ ਸਨੇਹਾ ਦੇ ਆਵਾਂ ਡੋਬ ਕੇ ਮਰ ਜਾ ਦੇਮਣਾ ਤੇ ਹੈ ਇਸੇ ਤੂੰ ਸਕੂਲ ਗਿਆ ਕਰ ਟਾਈਮ ਨਾ ਸਕੂਲ ਜਾਣਾ ਤੇਰੇ ਫੇਸ ਮੈਂ ਬਾਹਰ ਲੈਸਾਂ ਇੱਕੋ ਸਨੇਹਾ ਤੇਰੇ ਫੇਸ ਕੰਪਲੀਟ ਇੰਨਾ ਚੰਗਾ ਕੇ ਫਿਰ ਨਾ ਹੀ ਬਰੋ ਸਰਕਾਰੀ ਸਕੂਲ ਘਾਟ ਛੱਡ ਕੇ ਕਿਤਾਬਾਂ ਵੀ ਆਪ ਦੇ ਸਨੂ ਤੂੰ ਗਾਲ ਦਈ ਉਸ ਮੰਨਾ ਪਿਆਉਂਦਾ
1000 रुपए एडू मांग 500 एडू मंगो असा पता केरे केरे बंदे पैसे चाहे हो आज तक किसे भी नहीं देते जोड़े कपड़े शेर अक्सर धो छे आखी अपने शेर दीन धो छोड़े दवा छे मुल्तान मुल्तान भाई आखिर कदी किदाई कदी के रोसी दे बहाना जी मोड़ बनाया यासीन बाला शालाल कोन चक्कर मारया बाला शालाल हुन मैं केड़ा चक्कर मारना आई हुन टाइम ही कोई ना आई मैं क्या सीधा जाना बिरा कोल रात रासा उठे सजरे मोड़ में चढ़ जावना अब्दुल की ना कीता कर हुन तो मैंने 1.5 महीने बाद आया है तो चलो बाला नु बंदा नजर मारे जांदा कोई खर्चे पट्ठा या कोई चलो बंदा देख लेंदा केड़े हाल है चैन केड़े हाल है नहीं छोने तो मुड़ो चक्कर शक्कर मारिया पैसा पा दिता कोई ख्याल किया पता हो सा पे आमदा है जानता है अब्दुल की एक तरह चार जोड़े कपड़े दुआने दम्मी राती का सवाल पका छोड़ी तभी मैं रोटी खा के ना मैं साजरे निकल गया चल मैं घर जाना कट्ठे होण के तो जावा तो नहीं हो अगा था हाल वगे हमदा चल मैं घर जाना सरप ले जाना कपड़े धोने ठीक है आ जा अस्सलाम वालेकुम वालेकुम चित्रेर की हाल है की हाल है आज कुछ सुना बाओ रोटी खांदे पे हो ओ आया तो मैं तू हम बे आज साडे हाल कोई ना आटा अच्छा ते दो रोटियां तो दे छड़ो ਰੋਟੀ ਤੂੰ ਆ ਜਿਹੜੀ ਸੀ ਆਪ ਖਾਦੀ ਬੈਠਾ ਤੇ ਤੇਰਾ ਪਿਓ ਕਮਾਇਂਦਾ ਕਿਦਾ ਘੱਟਦਾ ਵੱਡਾ ਸਾਰਾ ਤੂੰ ਵੀ ਕੋਈ ਸ਼ਰਮ ਕੀਤਾ ਕਰ ਕਮਾਇਆ ਕਰ ਪਿਓ ਪਤਾ ਨਹੀਂ ਕਿਦੇ ਗਤੈਂਦਾ ਹੁਣ ਦਾ ਤਾਂ ਮੋ ਤੁਹਾਡੇ ਕੋਲ ਤੋਂ ਲੈਣ ਆਉਣੀ ਆ ਰੋਟੀ ਸਾਡੇ ਕੋਲ ਤਾਂ ਇਹ ਰੋਟੀ ਆ ਜਾਣੀ ਮੇਰਾ ਭਾਈ ਖਾਂਦਾ ਬੈਠਾ ਏ ਇਹਨਾਂ ਪਿਓ ਚੰਗਾ ਬੰਦਾ ਨੂੰ ਭੈੜ ਬੰਦਾ ਇਹਨਾਂ ਕੋਈ ਕਮਾਇਂਦਾ ਚੰਗਾ ਇਹ ਜਾਂਦੀ ਕਿਦੇ ਪਈ ਪਤਾ ਨਹੀਂ ਕੋਈ ਨਹੀਂ ਦਸੰਦਾ ਫਿਤਰੇ ਯਾਰ ਹੁਣ ਤੁਸੀਂ ਰੋਟੀ ਦੇ ਛੱਡੋ ਆ ਗੱਲਾਂ ਸੁਣਾਉਣ ਲੱਗ ਗਏ ਹੋ ਸਾਡੇ ਕੋਲ ਤਾਂ ਹੈ ਰੋਟੀ ਹੈ ਯਾਰ ਜਿਹੜੀ ਅਸੀਂ ਖਾਂਦੇ ਬੈਠੇ ਆ ਉਹ ਤਾਂ ਰੋਟੀ ਸਾਡੇ ਕੋਲ ਹੀ ਕੋਈ ਨਹੀਂ ਅਸੀਂ ਤਾਂ ਕਿਦੂ ਦੇਣੀ ਹੈ ਪਚੀ ਹੋ ਕੇ ਵਗ ਜਾ ਹੁਣ ਕੋਈ ਨਹੀਂ ਅੰਦਰ ਹੀ ਕੋਈ ਨਹੀਂ ਪਈ ਰੋਟੀ ਕੋਈ ਨਹੀਂ ਅੰਦਰ ਹੀ ਅਸੀਂ ਕੋ ਤੇਰੀ ਵਾਸ ਕਰ ਲਿਆ ਹਮਨੇ ਬਣਾਉਣਾ ਨੇ ਤੂੰ ਸ਼ਰਮ ਕਰ ਘਰਤ ਦੀ ਗੋਲੀ ਖਾ ਖਾ ਤੂੰ ਖਾ ਖਾਕ ਮੇਰਾ ਬਿਰਾ ਰੋਟੀ ਹੈ ਵੇਲੇ ਬੰਨੇ ਹੋਏ ਹੁੰਦੇ ਨੇ ਜਿਵੇਂ ਨਾਂਦੀ ਵਾਸ ਕਣ ਤੋਂ ਇਹ ਲੋਕ ਕੀ ਕਰਦਾ ਥੀਏਟਰ ਹੀ ਕੰਮ ਕਰਦਾ ਅੱਲਾ ਪੈਸੇ ਤੇ ਚੰਗੇ ਬਲ ਕਮਾਇੰਦਾ ਬੜਾ ਕਮਾਇੰਦਾ ਕਿਦੇ ਕਰਦਾ ਪਤਾ ਨਹੀਂ ਮੇਰਾ ਬਿਰਾ ਕਿਦਾ ਘਟੇਂਦਾ ਇਹ ਰੋਜ਼ ਆ ਬੈਠਾਂਦਾ ਇਹ ਕੱਲ ਵੀ ਆਇਆ ਜਣ ਪਿਤਰੇ ਰੋਟੀ ਦੇ ਅੱਲਾ ਮੈਂ ਕੱਲ ਦਿੱਤੀ ਚਾ ਪਰਸੋ ਵੀ ਦਿੱਤੀ ਅੱਜ ਮੋੜ ਆਇਆ ਖਲਾਈਆ ਨਾ ਸ਼ਰਮ ਨਹੀਂ ਨੰਦਾ ਵੱਡਾ ਮੂੰਹ ਤੇ ਦਾੜੀ ਆ ਇਨੇ ਫਿਰ ਚਿੱਟਾ ਵਣਾ ਲੈਨੇ ਤਾਂ ਪਿੰਦਾ ਵਗੇ ਹੁੰਦੇ ਨੂੰ ਬੋਏ ਬੋਏ ਜਦੋਂ ਵੇਖੇ ਨਾ ਠਾਠੋ ਰੋਟੀ ਲਗਾ ਛੱਡੀ ਚਲੋ ਠੀਕ ਹੈ ਮੇਰੇ ਜੀ ਇਹ ਰੋਜ਼ ਆਇਆ ਖਲਾਉਂਦਾ ਇਹਨੇ ਨੇਤ ਦੀ ਆਦਤ ਬਣਣੀ ਹੈ ਹਾਂ ਛੱਟ ਕਰ ਲੈਨੇ ਹੁਣ ਅੱਜ ਵਗ ਨਹੀਂ ਗਿਆ ਹਾਂ ਵਗ ਗਿਆ ਲੰਮੀ ਨਾਮ ਸੀ ਪਤਾ ਨਹੀਂ ਮੋਸੇਨ ਕਿਤੇ ਨਿਕਲ ਗਿਆ ਏ ਉਹ ਤਾਂ ਬਮਾਟਾ ਬੰਦੇ ਨਹੀਂ ਘਾਵ ਤੇ ਇਹ ਛੋਏ ਵੀ ਉਹਨਾਂ ਨੂੰ ਵੇਖ ਵੇਖ ਕੇ ਤੇ ਗੁੱਲ ਹੁੰਦਾ ਜਾਂਦਾ ਅਸਲਾਮ ਅਲੈਕੁਮ ਆਪੀ ਮੁਕੱਦਸ वालेकुम सलाम सुनाओ जी तबीयत से ठीक है के भी मेरी बहन तबीयत चंगी ओमई आए हो ताई उदे काम काज काज के आई हां नंबर आंदा जी दम्मी तू शाम तक जाननी आ जी अगले ए भी बवी गल है जे मेनू आ टुक्को पानी दे छड़ देनो या कदी कदा मेरी तबीयत खराब हो जावे ते पैसा पा कोई दे छड़ देनो आ उदू हो थक के ते तेरा बिरा की कर देना जवान बहन घर बैठी है
ਹੁਣ ਦੱਸ ਮੈਂ ਕੀ ਕਰ ਸਕਦੀ ਹਾਂ, ਇਹਨਾਂ ਨੂੰ ਇਤਨਾ ਹੋਸ਼ ਹੁੰਦਾ ਤੇ ਮੋਹ ਕਿਹੜੀਆਂ ਗੱਲਾਂ ਹਾਂ ਉਹਨੂੰ। ਉਹ ਦੂਆ ਕਿਹੜਾ, ਉਹ ਕਦੀ ਸਾਡੇ ਵੱਲ ਆ ਜਾਂਦਾ ਨਿੱਤ, ਘਰ ਲਾਇਆ ਮੈਂ ਮੁੜ ਦੇ ਸੜਦੀਆਂ ਰੋਟੀ ਹੋ ਜਾਣ ਬਿਰਾ, ਲੇਕਿਨ ਨਿੱਤ ਦਿਹਾੜੀ ਕੌਣ ਦਿੰਦਾ ਰੋਟੀ? ਹਾਂ ਮਸ਼ੇ ਜੀ ਤੁਹਾਡੇ ਵੱਲ ਆਏ ਰੋਟੀ ਲੈ। ਹਾਂ ਕੱਲ੍ਹ ਜੰਡੋ ਰੋਟੀਆਂ ਦੇ ਵੋ। ਹਾਏ ਹਾਏ ਅੱਲਾ, ਕੋਈ ਸ਼ਰਮ ਕਰੇ। ਸੁਣੋ ਆਏ ਗਿਆ ਹਾ, ਜ਼ਵੀ ਨਹੀਂ ਪਚਿਆਈ ਅਮਦੀ ਮੇਰੇ ਵਿਆਹਾਂ ਨੂੰ, ਐਡੀ ਮੈਨੂੰ ਪਚਿਆਈ ਅਮਦੀ ਇਹਨਾਂ, ਮੈਨੂੰ ਆ ਬੰਦਾ ਉਲਾਮਾ ਦਿੰਦਾ। ਇਹ ਅਸਾਂ ਸਾਡੀ ਜ਼ਿੰਦਗੀ ਗੋਲ ਕੀਤੀ ਹੈ ਸਾਡੇ ਪਿਓ, ਅਗਰ ਉਹ ਸਹੀ ਹੁੰਦਾ ਨਾ ਤਾਂ ਸਾਡੇ ਵਿਆਹਾਂ ਨੂੰ ਇੱਕ ਗੈਰਤ ਅਮਦੀ। ਠੀਕ ਹੈ ਸਾਡਾ ਪਿਓ ਅਗਰ ਖਰਾਬ ਆਈ, ਅੱਗੋਂ ਵਿਆਹ ਵੱਲ ਨਿਕਲ ਆਉਂਦੇ ਉਹ ਉਸ ਤੂੰ ਚਾਰ ਕਦਮ। ਚਲੋ ਪਿਓ ਨਾ ਕੁਝ ਕੀਤਾ, ਲੇਕਿਨ ਵਿਰਾਤ ਕੁਝ ਕਰ ਹੀ ਸਕਦੇ ਨਾ। ਵਿਰਾਵਾਂ ਨੂੰ ਤਾਂ ਸ਼ਰਮ ਆਉਣਾ ਚਾਹੀਦਾ ਵੀ ਸਾਡੇ ਘਰ ਜਵਾਨ ਬਹਿਣ ਬੈਠੀ ਹੈ। ਭੈਣ ਨੂੰ ਕੰਮ ਤਾਂ ਖਲੇ ਹੁੰਦਾ ਨਾ, ਆਪ ਕਦੀ ਕਿੱਦਾਂ ਹੀ ਵਗ ਜਾਂਦੇ, ਕਦੀ ਕਿੱਦਾਂ ਹੀ ਅਮਨ ਸ਼ੇਰ ਸਾਡੇ ਵੱਲ ਟੁਰੇ ਹੋਏ ਹੁੰਦਾ। ਸਾਡੀ ਤਾਂ ਕਿਸਮਤ ਹੀ ਖੋਟੀ ਆ, ਸਾਡੀ ਉਹਦਾ ਹੀ ਕਿਸਮਤ ਖਰਾਬ ਆ ਜਿਹਦਾ ਅਸੀਂ ਆਪੇ ਜਿਹੜੇ ਘਰ ਥੱਲੇ ਵਿਰਾਹ ਹੁੰਦੇ ਨਾ, ਭੈਣਾਂ ਦੀ ਕਮਾਈ ਨਹੀਂ ਖਾਂਦੇ, ਸਿਰਫ ਆਪ ਕਮਾ ਕੇ ਦਿੰਦੇ ਨੇ। ਬਸ ਮੈਂ ਆਖਿਆ ਕਿ ਮਾਮਾ ਸਾਹਿਬ 100 ਰੁਪਏ ਕਮਾਏ ਤੇ ਆਪਾਂ ਦੀ ਕੋਈ ਰੋਟੀ ਲਾਇਆ। ਹੁਣ 100 ਰੁਪਏ ਦੀ ਰੋਟੀ ਆਉਂਦੀ ਪਈ। ਕਮਾਇਆ ਤਾਂ ਉਸ ਥੋੜ੍ਹਾ ਹੀ ਹੋਵੇ, ਕਿਸੇ ਕੋਲ ਅੱਡੇ ਤੂੰ ਦਾਦਾ ਮੰਗੇ ਹੋਵੇ ਇਸੋਂ, ਐਸਾ ਕੋਈ ਲਾਂਤੀ ਹੈ ਨਾ। ਅਲਾਵਾ ਮੇਰੀ ਗੱਲ ਸੋਹਣ ਗੁਲਸ਼ਨ ਜੀ, ਆ ਮੇਰੇ ਵਿਆਹ ਜੇ ਰੋਟੀ ਤੇਰੇ ਕੋਲ ਮੰਗੇ ਗਿਆ ਹੈ ਨਾ, ਇਹ ਹੁਣ ਥੇਂਦ ਵਿੱਚ ਕਿਸੇ ਕੋਲ ਗੱਲ ਨਾ ਕਰੀ, ਬੜੀ ਬਦਨਾਮੀ ਤੇ ਬੇਇੱਜ਼ਤੀ ਹੋ ਜਾਸੀ। ਨਹੀਂ ਅੱਲਾ ਮਾਫੀ ਦੇਵੇ, ਮੈਂ ਚੰਗੀ ਭੈਣ ਤੇ ਗੱਲ ਕਿਸੇ ਕੋਲ ਨਾ, ਲੇਕਿਨ ਸਮਝਾ ਇਹਨੂੰ ਜਵਾਨ ਭੈਣ, ਤੂੰ ਘਰ ਬੈਠੀ ਕੋਲ ਭੈਣ ਦੀ ਕਮਾਈ ਨਹੀਂ ਕੋਈ ਜੁਦਿਆਂਦਾ, ਤੁਸੀਂ ਤੇ ਸਮਝਾਇਆ ਕਰ। ਮੈਂ ਉਹਨ ਕਿੰਨੀ ਵਾਰੀ ਆਖਿਆ ਉਹ ਕਿਸੇ ਕੋਲ ਨਾ ਨਾ ਲਮੀ। ਅੱਛਾ ਅੱਛਾ ਮੈਂ ਤੇ ਪੁੱਛਣ ਆਈ ਹਾਂ ਵੀ ਤੁਹਾਡੇ ਕਿਵੇਂ ਆਇਆ ਘਰ ਦੇ ਅਖਰਾਤ ਪੂਰੇ ਹੁੰਦੇ ਤਾਂ। ਜੁੱਗੀ ਜਾਈ ਸਾਥੇ ਕਾਈ ਨਹੀਂ, ਕਦੀ ਕਿਸੇ ਵੱਲ ਆਉਂਦੇ ਹਾਂ ਕਦੀ ਕਿਸੇ ਵੱਲ, ਮੈਂ ਤਾਂ ਉਹਦਾ ਹੀ ਨੰਬਰ ਆ ਲਾਉਂਦੀ ਹਾਂ ਜੀ। ਵਿਆਹ ਮੇ ਕਦੀ ਕਿਸੇ ਦੀ ਬੈਠਕ ਕੇ ਸਾਇਮ ਪਾਉਂਦੇ ਨੇ, ਕਦੀ ਕਿਸੇ ਦੀ ਬੈਠਕ ਕੇ ਸਾਇਮ ਪਾਉਂਦੇ ਨੇ। ਪਿਓ ਮੇਰਾ ਠੇਟਾਂ 'ਤੇ ਆਉਂਦਾ, ਮਾਂ ਮੇਰੀ ਉਸੀ ਹੋਈ ਹੈ, ਆਹ ਸਾਡਾ ਗੁਜ਼ਾਰਾ ਚੱਲਦਾ ਪਿਆ, ਕੀ ਕਿਸੇ ਨੂੰ ਦੱਸੀਏ। ਅੱਲਾ ਅੱਲਾ ਰਹਿਮਤ ਕਰਤੀ ਤਾਂ ਠੀਕ ਹੈ, ਮੇਰੀ ਭੈਣ ਮਜਾ ਨਹੀਂ, ਮੇਰਾ ਤਾਂ ਘਰ ਇਕੱਲਾ। ਅੱਛਾ ਗੱਲ ਸੋਈ ਮੇਰੀ, ਕੋਈ ਅੱਗਾ ਤੇਰੇ ਕੋਈ ਵਾਧੂ ਕੋਈ ਸੂਟ ਪਿਓ ਹੋਵੇ ਨਾ ਜੀ, ਅਤੇ ਜਾਂ ਤੇਰੀ ਅੰਮੀ ਦਾ ਕੋਈ ਪਿਓ ਹੋਵੇ, ਅਤੇ ਮੇਰੇ ਕੋਲ ਕੱਪੜੇ ਕੋਈ ਨਹੀਂ ਆਈ, ਉਹ ਇੱਕੋ ਸੂਟ ਪਾਈ ਵਧੀਆ, ਅਤੇ ਮੈਨੂੰ ਕੋਈ ਸੂਟ ਦੇਵੀਂ ਚਪਾਵਾਂ। ਕੋਈ ਗੱਲ ਨਹੀਂ ਮੇਰੀ ਭੈਣ, ਮੈਂ ਤਾਂ ਇਹਦੇ ਸਾਂ ਚਾ ਦੋ ਸੂਟ। ਚਲੋ ਅਤੇ ਹੁਣ ਆਮਨ ਸ਼ੇਰ ਆਵੇ ਨਾ ਅਤੇ ਉਹਨੂੰ ਸਮਝਾਈ ਵੀ ਭੈਣ ਤੇਰੀ ਜਵਾਨ ਬੈਠੀ ਹੋਈ ਹੈ ਅਤੇ ਤੁਹਾਡੇ ਮੂੰਹ 'ਤੇ ਸੂਟ ਨਹੀਂ ਕਰਦਾ, ਤੁਸੀਂ ਕੋਈ ਕੰਮ ਧੰਦਾ ਕਰੋ। ਚਲੋ ਹੋਰ ਨਹੀਂ, ਮੇਰੀ ਤਾਂ ਮੰਨਦੇ ਨਹੀਂ ਕਿਸੇ ਬਾਹਰ। ਚਲੋ ਦੂਆ ਤੇਰਾ ਬਿਰਾ ਨਹੀਂ ਸ਼ਰਮ ਕਰਦਾ, ਆਮਨ ਸ਼ੇਰ ਗੈਰਤ ਦੀ ਗੋਲੀ ਖਾ ਲਵੇ। ਕੋਈ ਨੂੰ ਸਾਰੇ ਕੋਈ ਨੂੰ ਗਹਿਰਾ ਦੀ ਗਹਿਰਾ ਤੂੰ ਨਾ ਪਤਾ ਹੀ ਕੋਈ ਨਹੀਂ ਕੀ ਹੋਣੇ ਤੇ ਦਾੜੀ ਤੋਂ ਨੇ ਟੁਰੇ ਹੁੰਦਾ, ਕੋਈ ਤਾਂ ਸ਼ਰਮ ਕੀਤਾ ਕਰ। ਹਲਾ ਮੇਰੇ ਬੈਣ ਮੈਂ ਠੀਕ ਹਾਂ, ਮੈਂ ਹੀ ਕੋਈ ਨਾ ਮੇਰਾ ਘਰ ਕੋਈ ਗਾ ਜ਼ਹਿਨ ਚ ਅੱਖੀ ਮੈਂ ਚੱਕਾ ਤੇ ਆ ਲੈਸਾਂ ਵੇਲੇ ਟਾਈਮ ਤੇ ਕਿਸੇ ਕੋ ਨਾ ਨਾ ਲਮੀ ਹੈ। ਮੈਂ ਬੇਸ਼ੱਕ ਨਹੀਂ, ਚਲੋ ਠੀਕ ਹੈ ਮੇਰੀ ਬੈਣ, ਚਲੋ ਠੀਕ ਹੈ। ਆ ਮੈਂ 100 ਰੁਪਏ ਦੇਤਾ ਹੀ ਨੇ, ਇਹਦੀ ਸਬਜ਼ੀ ਕੋਈ ਪਕਾਈ ਨਹੀਂ ਆਈ, ਤਾਂ ਮੈਂ ਚਾਹ ਜ਼ਰੂਰ ਤੈਨੂੰ ਪਿਵਾਵਾਂ। ਹਾਂ ਨਹੀਂ ਮਿਹਰਬਾਨੀ, ਚਾਹ ਹੋ ਗਈ ਬੈਠੀ ਤੁਹਾਡੇ। ਚਲੋ ਇਹ ਬਾਨੀ ਤੇਰੀ, ਸੋਹਣ ਲਾ ਆਪੇ ਵਿਆਹਾਂ ਦੇ ਕਰ ਤੂੰ ਤੋ ਆਈਓ। ਹੁਣ ਮੇਰੀ ਕਿਸਮਤ ਰਹਿ ਗਿਆ, ਮੈਂ ਤਾਂ ਆਈਓ ਸੋਹਣ ਸੋਹਣ ਕੇ ਬੁੱਢੇ ਹੋ ਜਾਵਾਂ ਬਈ, ਆ ਕਰ ਤੂੰ ਤਾਂ ਆਪੇ ਵਿਆਹਾਂ ਦੇ। ਅੱਛਾ ਅੱਲਾ ਮੇਰੇ ਆ, ਕਿਹੜੀ ਸ਼ਰਮ ਵਾਲੀ ਗੱਲ ਹੈ, ਲੋਕਾਂ ਦੇ ਘਰੋਂ ਰੋਟੀ ਮੰਗਦਾ ਰਹਿੰਦਾ ਹੈ। ਮੈਂ ਬਾ ਮੈਂ ਤਾਂ ਗੱਲ ਸੁਣ, ਇਹਨਾਂ ਦੇ ਉਹ ਗੱਲ ਤਾਂ ਹੀ ਹੈ, ਕਦੇ ਇਹਦੂ ਮੰਗ ਕਦੇ ਇਹਦੂ ਮੰਗ, ਜੇ ਪੈਸੇ ਲੈਂਦੇ ਆ ਮੰਗਦੇ ਆ, ਚਲੋ ਜਮ੍ਹਾਂ ਕਰਕੇ ਥੋੜ੍ਹਾ ਗੱਲ ਤਾਂ ਨਿਕਲ ਸਾਹਿਬ ਪਾ ਲਵੀਏ, ਖਾਵਾਂ ਇਹਨੂੰ ਲੱਭਦਾ ਨਹੀਂ ਤੇ ਗਾਲ ਜਮ੍ਹਾਂ ਕਰਕੇ ਪਾ ਲਵੀਏ, ਤੂੰ ਵੀ ਗੱਲਾਂ ਪਤਾ ਨਹੀਂ ਕਿਵੇਂ ਕਰਨਾ। ਬਿਸਮਿਲ੍ਲਾ, ਜਿੱਥੇ ਪੈਰ ਥਾਂ ਖੈਰ। ਅੱਛਾ ਕੁਝ ਪਤਾ ਲੱਗੇ ਕੀ? ਅੱਬਾ ਇੱਥੇ ਨਹੀਂ ਆਇਆ, ਯਾਸੀਨ ਬਿਰਾ ਦੇ ਵਿਚਾਰਾ ਬੈਠਾ। ਉੱਤੇ ਆਇਆ ਵਦਾਏ? ਹਾਂ ਉੱਤੇ ਆਇਆ ਵਦਾਏ। ਤੇ ਹੁਣ ਇੰਜ ਕਰਦੇ ਆਏ, ਅਹਿਮਦ ਸ਼ੇਰ ਨੂੰ ਵੀ ਸਾਧੋ, ਅਗਾਂ ਚਲੀ ਅੱਬੇ ਵਾਲੋ, ਪਤਾ ਨਹੀਂ ਉਹ ਅਮਸੀ ਕੋ ਕਹਿੰਦਾ ਕਿ ਤੂੰ ਕਿਹੜਾ ਨਿਕਲ ਜਾਸੀ। ਅਜਾ ਅੱਡੇ ਤੇ ਬੈਠੋ ਮੈਂ ਉਹ ਸਜਦਾ ਦੇ ਹੋਟਲ ਤੇ, ਉੱਥਾ ਹੀ ਚਾਹ ਪੀਂਦਾ ਬਾਏ ਕੇ ਲਫੰਟੇ ਛੋਆ ਨਾਲ, ਉਹਨੂੰ ਸਾਧ ਲਿਆ ਜਾ। ਮੈਂ ਕਿਵੇਂ ਜਾਵਾਂ ਉੱਤੇ, ਬੰਦੇ ਪੱਦਾਂ ਲੈ ਹੁੰਦੇ ਕੀ ਰੋਲਾ ਗੱਤੇ ਆਨੇ, ਚਾਹ ਗਰ ਪਕਾਈ ਬੈਠੀ ਉਹ ਤੇ ਕੇ ਸਾਧ ਲਿਆ ਉਹ ਤੇ। ਅੱਬਾ ਜਿਹੜਾ ਨਾ ਅੱਬਾ, ਉਹ ਯਾਸੀਨ ਕੋਲ ਆਇਆ ਬਦੇ। ਪਹਿਲੇ ਤੂੰ ਮੈਨੂੰ ਇਹ ਦੱਸ ਗੁਸ਼ਾ ਨਾ ਦੇ ਗਾ ਰੋਟੀ ਕਿਉਂ ਮੰਗਿਆ ਗਿਆ?
ਤੇ ਭੁੱਖ ਲੱਗੇ ਤਾਂ ਮੁੜ ਮੈਂ ਕਿਦੂ ਨਾ ਕਿਦੂ ਤਾਂ ਮੰਗਣੀ ਆ ਡੋਬ ਕੇ ਮੋਇ ਜੋ ਲੰਤੀ ਆ ਲੋਕਾਂ ਦੇ ਘਰਾਂ ਚੋ ਰੋਟੀਆਂ ਮੰਗਾਈਆਂ ਨਹੀਂ ਜਾ ਕੇ ਨਹੀਂ ਤੇ ਘਰਾਂ ਚੋ ਬੰਨੇ ਆਇਆ ਨਹੀਂ ਹੱਥ ਓਏ ਹੱਥ ਬੰਨ ਚਾਏ ਕਾਇ ਕੇ ਨੂੰ ਖਾ ਸਕਦਾ ਮੈਂ ਵਿਆਹ ਕੋਈ ਕੰਮ ਆਰਾਮ ਨਾਲ ਬੈਠੀ ਰਹਾ ਆਰਾਮ ਨਾਲ ਗਾ ਰਹੇ ਨੂੰ ਛੱਡੋ ਕਾਲ ਦਾ ਆਇਆ ਮੈਂ ਇਹ ਸੁਣਿਆ ਕਿ ਸ਼ਾਇਦ ਆ ਪਿਓ ਉਹਦੇ ਆਇਆ ਬੈਠੇ ਆ ਪੇ ਵਿਆਹ ਦੇ ਘਰ ਤੇ ਮੋੜ ਵਿਰਾਹ ਕੋਲ ਆਇਆ ਬੈਠਾ ਤੇ ਮੋੜਾ ਸੀ ਕੀ ਕਰੀਏ ਆਇਆ ਓਏ ਸ਼ਾਇਦ ਉਹ ਅੱਜ ਅਬਦੁਲ ਹਕੀਮ ਨਿਕਲ ਜਾਵੇ ਉਹਦੇ ਕੋਲ ਜਾਣੇ ਆਏ ਕੋਈ ਪੈਸਾ ਪਾ ਲੈ ਆਮਨੇ ਆਏ ਹੋ ਯਾਰ ਮਹੀਨੇ ਬਾਅਦ ਹੋ ਜੂ ਆਇਆ ਸ਼ੁਕਰਿਆ ਕੋਲ ਆਇਆ ਤੈਨੂੰ ਹੋ ਇਸ ਤੋਂ ਪਹਿਲੇ ਕਿ ਭੱਜ ਜਾਵੇ ਆਓ ਚਲੀ ਪਾ ਜਿਓ ਚਲੋ ਪੈਸੇ ਪਾਉਣ ਨੂੰ ਵਿਰਾਹ ਨੂੰ ਖਾਉਣ ਲੱਗ ਗਿਆ ਚਲੋ 100 ਰੁਪਿਆ ਇਹਨੂੰ ਕਿਰਾਇਆ ਉਹ ਬਾਰਡ ਸਾਂ ਯਾਰ ਮੈਂ ਗੱਲਿਆ ਲਾਤ ਨੂੰ ਛੜਿਆ ਹਾਂ ਮੋ ਰੋਟੀ ਚਾਚੇ ਆਲੂ ਖਾ ਲਈ ਸਾਂ ਹਾਂ ਚਲ ਭੁੱਖੇ ਨਾ ਐਨ ਖਵੈ ਸੰਚਾ पता लगा दिल भी खुश गया बाया भी मिल के ना गया कोई नहीं चलो मेरा बस चंगा किता ने चलो आ गयो राती काल मैं तो दोपहरी दो बुए ते गया ते उना रोटी ना दीती ते मोड़ राती मसे 100 रुपया मांग पेन के ते ओ गिरा खादा ते घर रोटी कोई नहीं ते ना अब्बा तेरे हक बंद आई भैया सी जो गाल आसे तू जो कमा के काशा लाया है तू गाल आ में आ तू ब्याह दे बुए ते सीधा आ गई यार मेरा पुत्र कहंदे घर उठ जावा तू के गई गाल जावे अजी जिन्ना गया जसी वदे आ उठाई आ जावे आ ਅੱਬਾ ਧੱਕੇ ਦੇਵਾਂ ਕਾਂ ਜੂ ਸਾਨੂੰ ਛੱਡੋ ਇੱਕ ਨੂੰ ਨਲਕੇ ਐਡੇ ਤੇ ਸੂੜ ਲਵੇਂ ਆ ਇੱਕ ਨੂੰ ਤਕੀਆ ਬਾਤ ਸੂੜ ਲਵੇਂ ਆ ਤੇ ਇੱਕ ਨੂੰ ਨੰਬਰਾਂ ਦੇ ਘਰੋਂ ਢੋਟ ਲਵੇਂ ਆ ਬਹੁਤ ਖਿਆ ਮੈਂ ਸ਼ੇਰ ਦੀ ਲੋਕਾਂ ਦੇ ਘਰਾਂ ਕੰਮ ਕਰਦੀ ਵਧੀਏ ਤੇ ਪਿਓ ਸਾਹਿਬ ਹਾਲ ਹੀ ਆ ਕੇ ਨਾ ਪੁੱਛ ਦੋ ਆ ਅਲਾ ਮੇਰਾ ਪੁੱਤਰ ਹੁਣ ਮੈਂ ਮੋੜ ਸਾਇਰ ਵਗ ਜਾਵਣਾ ਹੁਣ ਜਿਹੜੇ ਮੈਂ ਆਇਆ ਹਾਂ ਨਾ ਮੋੜ ਕੋ ਬੰਦੋਬਸਤ ਕਰਨ ਨੇ ਆ ਕੋ ਘਰ ਝੁੱਗੇ ਦਾ ਮੈਂ ਤੁਹਾਨੂੰ ਕਰ ਦੇਸਾ ਹਾਏ ਵਾਹੀ ਅੱਬਾ ਹੀ ਆ ਕੇ ਵਗ ਜਾਣਾ किस्मत खराब है ਬਈ ਅਸਾਂ ਦੀ ਕਿਸਮਤ ਸਾਥ ਮਾਂ ਪਿਓ ਕੋਈ ਨਹੀਂ ਹੋਰ ਮੈਨੂੰ ਅਰਮਾਨ ਕੋਈ ਨਹੀਂ ਮੁਕੱਦਾ ਹੋਰ ਮੈਨੂੰ ਅਰਮਾਨ ਕੋਈ ਨਹੀਂ ਕੁਰਬਾਨੀ ਤੇ ਜਿਹੜਾ ਗੋਸ਼ਤ ਮਿਲਾ ਦੇ ਘਰਾਂ ਜਾਂਦਾ ਸਾਡਾ ਘਰ ਕੋਈ ਨਹੀਂ ਉਹ ਸਾਡਾ ਹੀ ਗੋਸ਼ਤ ਮਿਲੋ ਖਲਾ ਲੈਂਦਾ ਬੂਏ ਬੂਏ ਤੇ ਅਸੀਂ ਧੱਕੇ ਖਾਂਦੇ ਵਦੇ ਆ ਲੋਕਾਂ ਦੇ ਭਾਂਡੇ ਧੋਂਦੇ ਵਦੇ ਆ ਤੈਨੂੰ ਸਹੀ ਨਹੀਂ ਸਾਡਾ ਹਯਾਮ ਦਾ ਉਹ ਹਲਾ ਮੇਰਾ ਪੁੱਤ ਹੁਣ ਮੈਂ ਜਿਸ ਲਈ ਆਵਣਾ ਹੈ ਨਾ ਕੋ ਘਰ ਜੁਗੇ ਦੀ ਕਰਨੇ ਆ ਉਹ ਵੀ ਤੁਹਾਨੂੰ ਮੈਂ ਲਾਜ਼ਮੀ ਲਾ ਦੇਣਾ ਤੇ ਹੁਣ ਕਾ ਸ਼ਤ ਸਾਨੂੰ ਦੇ ਇਤਨੇ ਦੇ ਜੋ ਗਾਤੇ ਆਇਆ ਤੇ ਪੈਸਾ ਪਾ ਖਰਚੇ ਮਰਚੇ ਤੋਂ ਦੇ ਇੰਨੇ ਚਾਉਣਾ ਆ ਤਰਾਪ ਤੋਂ ਕਹਿਣ ਉਹ ਹੁਣ ਮੇਰੇ ਕੋਲ ਅਜੇ ਕਿਰਾਇਆ ਵੀ ਪਿੱਛਾ ਭਰਨਾ ਹੈ ਹਲੋ ਰ ਬਾਜਾ ਵਾ ਚੋਲੇ 500 ਰੁਪਇਆ ਪਿਆ ਮੈਂ ਤੁਹਾਨੂੰ ਚਾ ਦੇਣਾ ਮੈਂ ਨਾ ਲਾ ਕੇ ਆਇਆ ਸੁਲਤਾਨ ਤੇ ਜਣੇ 500 ਰੁਪਇਆ ਉਹ ਮੇਰੇ ਪੁੱਤ ਆਈ ਮੇਰੇ ਕੋਲ ਉਹ 500 ਹਲਾ ਉਹ 500 ਹੀ ਦੇ ਛੱਡੋ ਮੋੜਾ ਸੀ ਮੋੜਾ ਵਿਆਹ ਸਹੀ ਵਾਪਸੀ ਤੇ ਮੋੜਾ ਹਾਂ ਹਾਂ ਮੈਂ ਵਾਪਸੀ ਸੋਰ ਬਾਜਾ ਮੈਂ ਤੁਹਾਨੂੰ ਇਹ ਚੋਣ ਨਹੀਂ ਪਤਾ ਕਹਿੰਦਾ ਕੀ ਹੈ ਮਹੀਨਾ ਮੁਲਤਾਨ ਲਾ ਕੇ ਤੇ 500 ਬਾਲਾਂ ਦਿੰਦਾ ਪਿਆ ਖਰਚਾ ਪਤਾ ਨਹੀਂ ਕਰਿੰਦਾ ਕੀ ਹੈ ਮੈਂ ਤਾਂ ਉਹਨਾਂ ਬਾਲਾਂ ਤੇ ਤਰੋ ਸਮਝਦਾ ਜਿਹੜੇ ਲੋਕਾਂ ਦੇ ਬੋਲੇ ਧੱਕੇ ਖਾਂਦੇ ਵਦੇ ਨੇ ਆ ਗਿਆ ਓਏ ਆ ਗਿਆ ਨਹੀਂ ਮੈਂ ਤੇ ਤੂੰ ਇਹ ਪੁੱਛੂ ਆ ਕਿ ਮਹੀਨਾ ਡੇਢ ਮਹੀਨਾ ਮੁਲਤਾਨ ਕੰਮ ਕਰਕੇ ਆਇਆ ਤੇ ਬਾਲਾਂ ਤੋਂ ਰੁਪਈਆ 500 ਦੇਣਾ 500 ਦਾ ਬਣਦਾ ਕੀ ਹੈ किराया मसे अब्दुल हकीम दा होर कोई नहीं नानू कोई झुगड़ी बना के दे छड़े निकी चलो सिर लुका के थारे बैठे तरह मैं ना कोई किदाई कोई किदाई पता नहीं की निजाम तो बनाया सारी जिंदगी कर कर के समझ कई नहीं मैं तेरी ए मां नु चमड़े वत्तन ना
ਹੈ ਤੇ ਮਾਂ ਨੂੰ ਤੋਂ ਰਸਾ ਕੇ ਪੇਕਾਂ ਤੇ ਬਹਾ ਛੱਡਿਆ ਉਹ ਛੋਦੇ ਬੂਹੇ ਧੱਕੇ ਖਾਂਦੇ ਉਹ ਕਿਦੋਂ ਮਾਂ ਨੂੰ ਚੰਬੜੇ ਵੱਤੇ ਨੇ ਮੰਦੇ ਹੀ ਮਾਂ ਦੀਆਂ ਹੈ ਮਾਂ ਉੱਦੇ ਬੈਠੀ ਏ ਉਹ ਇੱਥੇ ਲੋਕਾਂ ਦੇ ਬੂਹੇ ਤੇ ਪਤਾ ਨਹੀਂ ਕਿਦੋਂ ਮਾਂ ਦੀ ਮੰਨਦੇ ਨੇ ਓਏ ਮਾਂ ਦੀ ਮੰਨਦੇ ਨਹੀਂ ਤਾਂ ਉਦੋਂ ਪੁੱਛ ਕੇ ਕਰਿੰਦੇ ਨੇ ਜਿਹੜਾ ਹੀ ਕਰੇ ਕੀ ਕਰਿੰਦੇ ਨੇ ਛੋਦੇ ਜਣ ਜਿਹੜਾ ਹੀ ਕਰੇ ਨੇ ਚੰਗਾ ਮੇਰੇ ਵੀਰਾ ਮੈਂ ਤੇ ਜਾਊਂ ਚੰਗਾ ਤੂੰ ਤਾਂ ਸਾਨੂੰ ਸਮਝਾਣਾ ਹੀ ਵੱਡਾ ਹਾਂ ਅਸੀਂ ਤੈਨੂੰ ਵਧੇ ਸਮਝਾਉਂਦੇ ਹਾਂ ਹਲਾ ਮੈਂ ਲੇਟ ਹੋ ਗਈ ਨਾ ਯਾਸਮੀਰੇ ਹੁਣ ਜਿਸ ਵੇਲੇ ਮੈਂ ਆਇਆ ਮੈਂ ਇਹਨਾਂ ਨੂੰ ਚਾਹ ਪੈਸੇ ਵੀ ਦੇਸਾਂ ਆ ਤੂੰ ਜੁੱਗੀ ਦੀ ਕਰ ਦੇ ਥੋੜਾ ਧੱਕੇ ਤਾਂ ਨਾ ਖਾਵੇਂ ਬਾਲ ਕਿ ਹਾਂ ਕੋ ਜੁੱਗੀ ਦੀ ਕਰ ਦੇ ਔਰ ਬਾਜਿਆ ਚੱਲ ਇਹਨੂੰ ਕੱਪੜੇ ਚਾ ਦੇਵਾਂ ਜੀਵਨ ਖਾਨ ਨੇ ਕੀ ਬਣਿਆ ਟ੍ਰਿਕਲ ਫੱਦੀ ਹੋਈ ਖੈਰ ਤਾਂ ਹੈ ਓਏ ਹੋ ਬਣਿਆ ਕੀ ਏ ਓਏ ਹੋ ਕੁਝ ਨਾ ਪੁੱਛ ਕੀ ਟ੍ਰਿਕਲ ਪੀੜ ਨਹੀਂ ਪਰ ਲੰਮਾ ਹੋ ਜਾ ਓਏ ਦੋ ਮਹੀਨੇ ਦੇ ਬਿਮਾਰ ਆ ਉੱਥੇ ਅਬਦੁਲ ਹਕੀਮ ਜਦੋਂ ਕਹਣਾ ਉੱਥੇ ਬਿਮਾਰ ਹੀ ਹੈ ਓ ਦੋ ਮਹੀਨੇ ਦੇ ਭਾਈ ਬਿਮਾਰ ਆ ਭਾਈ ਔਰ ਹਟਿਆ ਮੈਂ ਦੋ ਮਹੀਨੇ ਤੋਂ ਥਮੜਕੀ ਕਰਿੰਦਾ ਰਿਹਾ ਉਸ ਔਰ ਅਵੀ ਵੀ ਨਹੀਂ ਆਇਆ ਤੇ ਉੱਥੇ ਡਾਕਟਰ ਕੋਈ ਨਾ ਹੱਥ ਕੋਈ ਨਾ ਵਿਖਾਇਆ ਮੋੜ ਉਹ ਹੱਥ ਸੱਚ ਵੀ ਕਹਿੰਦਾ ਰਿਹਾ ਭਾਈ ਆ ਜਿਹੜਾ ਆ ਪੀਲੀਆਂ ਤੇ ਆ ਗੋਡੇ ਨਾ ਨਾ ਗੋਡੇ ਸਿੱਧੇ ਹੁੰਦੇ ਅਸੀਂ ਜ਼ਰੀਕ ਉੱਠਣਾ ਡਾਣ ਲੱਗਣਾ ਭਾਈ ਆ ਪੀਲੀਆਂ ਨੂੰ ਇਤਨੀ ਪੀੜਤ ਗੋਡਿਆਂ ਨੂੰ ਪੀੜਤ ਆ ਜਿਹੜੇ ਜੋੜ ਹੈ ਆਏ ਓਏ ਹੋਏ ਹੋਏ ਹਾਂ ਲੰਮਾ ਪਾ ਮੈਂ ਕਰੇਨਾ ਕੋਈ ਬੰਦੋਬਸਤ ਡਾਕਟਰ ਨੂੰ ਸਦੈਨਾ ਹੀ ਥਾਂ ਤੇਰਾ ਹੱਥ ਵਿਖਾਇਨਾ ਤੇ ਤੇਰੇ ਪੁੱਤਰਾਂ ਨੂੰ ਫੋਨ ਕਰੇਨਾ ਉਹਨਾਂ ਨੂੰ ਯਾਰ ਕੀ ਫੋਨ ਕਰਨਾ ਤੇਰੀ ਔਲਾਦ ਨਹੀਂ ਹੁਣ ਦੱਸਣਾ ਤਾਂ ਹੈ ਪ੍ਰਤੀ ਲੈ ਜਾ ਸਨ ਕੋਈ ਤੇਰੀ ਖਾਤਰ ਖਿਦਮਤ ਕਰੇ ਸੇ ਨਾ ਕੋਈ ਬਚਤ ਹੋ ਜਾ ਸੀ ਕੋਈ ਚਲੋ ਭਲੋ ਮੀਆਂ ਸ਼ਾਲਾ ਹਾਂ ਮਨ ਸ਼ੇਰ ਦਾ ਫੋਨ ਕਰੇਨਾ ਇਤਨ ਨਹੀਂ ਮੇਰੇ ਬਿਰਾ ਮੈਂ ਦਵਾਈ ਲੈ ਕੇ ਗਿਆ ਜਾ ਚਾਚਾ ਤੇਰਾ ਬੋਲਦਾ ਪਿਆ ਹਾਂ ਪਿਓ ਤੁਹਾਡੀ ਤਬੀਅਤ ਢੇਰ ਸਾਰੀ ਖਰਾਬ ਹੋ ਜਦੋਂ ਕਹਿੰਦਾ ਇੱਥੋਂ ਗਿਆ ਉੱਥੇ ਬਿਮਾਰ ਹੀ ਆਈ ਤੇ ਹੁਣ 15-20 ਮਿੰਟ ਹੋਏ ਮੈਨੂੰ ਇੱਥੇ ਆਇਆ ਮੇਰੇ ਕੋਲ ਆ ਟੱਪਾ ਪਾਦਾ ਆ ਮੇਰੇ ਨਾਲ ਬੈਠਣ ਤੇ ਅੱਜ ਯਾਰ ਵਧੀ ਅੰਦੇ ਪਾ ਇਹ ਤੋਂ ਉਹਨਾਂ ਨੂੰ ਪਤਾ ਮੈਂ ਤੇਰੇ ਸਾਹਮਣੇ ਉਹ ਆਈ ਫੋਨ ਕੀਤਾ ਹੀ ਅੰਦੇ ਹੋਈ ਅਸਲਾਮ ਅਲੈਕੁਮ ਬਿਸਮਿਲਲਾ ਕੀ ਹਾਲ ਹੈ ਤੇ ਕੀ ਹਾਲ ਹੈ ਕੀ ਹਾਲ ਹੈ ਅਸਲਾਮ ਤਬੀ ਆਦੇ ਸੁਣਾ ਕੀ ਹਾਲ ਹੈ ਨੱਬਾ ਠੀਕ ਹੈ ਮੈਂ ਜੀ ਤੁਹਾਨੂੰ ਦਾ ਯਾਰਾਂ ਦੇ ਪਹਿਲੇ ਫੋਨ ਕੀਤਾ ਹੀ ਮਸਲ ਲਿਖੀ ਤੂੰ ਸਾਹ ਸੁਰ ਖਬਰ ਹੀ ਨਾ ਲਈ ਚਲੋ ਇਹ ਤਾਂ ਬਾਹਰ ਆਉਂਦੇ ਨੂੰ ਅੱਗੇ ਪਿੱਛੇ ਉਹਨੇ ਜਿਹੜਾ ਤੂੰ ਦਈਆਂ ਤੂੰ ਤਾਂ ਪਿਓ ਦੀ ਖਬਰ ਲੈਣ ਆ ਜਾਵੇਂ ਆ ਹੁਣ ਹਿਆ ਕੋਈ ਗੱਲਾਂ ਨਾ ਹੀ ਤੁਸੀਂ ਪੁੱਛੋ ਨਾ ਤੇ ਚੰਗੀਆਂ ਇਹਨੂੰ ਨਾ ਅਸੀਂ ਇਹ ਕਰਨਾ ਚਾਹੁੰਦੇ ਆ ਜੈਸੇ ਕਿ ਆਇਆ ਲੱਭ ਆਈ ਉਹ ਲਈ ਆਵਾਂ ਆਈ ਨਾ ਸੋਚ ਪਤਾ ਸ਼ੁਕਰ ਅਸੀਂ ਇਹਦਾ ਲੈ ਆ ਗਿਆ ਇਹ ਸਾਰੀ ਜ਼ਿੰਦਗੀ ਸਾਡਾ ਸੋਚ ਪਤਾ ਲਿਆ ਤੈਨੂੰ ਅਗਲੀ ਗੱਲ ਦਾ ਪਤਾ ਹੀ ਨਹੀਂ ਹੈ ਬਈ ਇਹ ਸਾਨੂੰ ਕਿਹੜਾ ਕੋਈ ਆਪ ਦਿੱਤੇ ਤੇ ਕਿਹੜਾ ਜ਼ਲੀਲ ਕੀਤਾ ਜਿਵੇਂ ਵੀ ਹੈ ਹੈ ਤਾਂ ਤੁਹਾਡਾ ਪਿਓ ਹੀ ਨਾ ਇਹ ਤਾਂ ਕਰਨੀ ਨੂੰ ਭਰਨੀ ਹੁੰਦੀ ਏ ਇਸ ਵੀ ਆਪਣੇ ਮਾਂ ਪਿਓ ਨਾਲ ਹੀ ਆਕਾਰ ਕੀਤੀ ਹੋਸੀ ਜਿਹੜੀ ਹੁਣ ਅੱਜ ਅਸੀਂ ਇਹਦੇ ਨਾਲ ਕਰਿੰਦੇ ਪਿਆ ਬਲਕਿ ਇਸ ਤਾਂ ਔਲਾਦ ਨਾਲ ਹੀ ਆਕਾਰ ਕੀਤੀ ਏ ਜਿਹੜੀ ਇਸ ਮਾਂ ਪਿਓ ਆਪਣੇ ਤੈਨੂੰ ਕੀ ਪਤਾ ਸਾਡੀ ਮਾਂ ਸ਼ੋਦੀ ਉੱਥੇ ਧੱਕੇ ਖਾਂਦੀ ਵਧੀ ਏ ਸਾਰੀ ਜ਼ਿੰਦਗੀ ਉਹ ਸਾਨੂੰ ਪੈਨ ਕੇ ਖਵਾਇਆ ਹੈ ਸਾਰੀ ਜ਼ਿੰਦਗੀ ਉਹ ਸਾਨੂੰ ਪੈਨ ਕੇ ਖਵਾਇਆ ਤੇ ਸਾਡੇ ਪਿਓ ਪੈਸਾ ਜਿਹਾ ਕਮਾਇਆ ਇਹ ਸਯਾਸ਼ੀਆਂ ਚੁੜਾਇਆ ਤੇ ਉਹ ਆਪਾਂ ਉਡਾਇਆ ਮੂੰਹ ਤੇ ਨਹੀਂ ਪਿਆ ਅਸਾਂ ਕਦੀ ਉੱਥੋਂ ਮੰਗਿਆ ਤੇ ਕਦੀ ਉੱਥੋਂ ਪਿੰਨੇ ਤੇ ਤਾਂ ਅਸਾਂ ਟੁੱਕੋ ਖਾਧਾ ਸਾਡੀ ਅੱਜ ਤੱਕ ਜੁੱਗੀ ਜਾ ਹੀ ਨਹੀਂ ਬਾਈ
ਇਸ ਜਿਹੜਾ ਕਮਾਇਆ ਕਿਹਦਾ ਗੱਤਿਆ ਪੱਕੀ ਨਹੀਂ ਲਾ ਸਕਦੇ ਇਹ ਜਿਹੜਾ ਕੋਈ ਕਰਤ ਭੋਗਦਾ ਪਿਆ ਨਾ ਸਾਡਾ ਪਿਓ ਇਹ ਆਪਣੀਆਂ ਕੀਤੀਆਂ ਭੋਗਦਾ ਪਿਆ ਇਸੇ ਜਹਾਨ ਤੇ ਦੇਵਾਈਆਂ ਦਿੰਦਾ ਪਿਆ ਹਲਾ ਹੁਣ ਛੱਡ ਦੇ ਇਸੇ ਜਹਾਨ ਤੇ ਜੋ ਕੁਝ ਵੀ ਹੈ ਤਾਂ ਤੁਹਾਡਾ ਪਿਓ ਹੈ ਨਾ ਓਏ ਅਯੋ ਜਿਵੇਂ ਤੁਹਾਨੂੰ ਤੈਨੂੰ ਮੈਂ ਸਾਫ ਖਾਪ ਇਸ ਤੋਂ ਬਾਅਦ ਦਤਾਲ ਕੀਤੀ ਰੱਖਦਾ ਰਿਹਾ ਚਾਚਾ ਗੱਲ ਸੁਣ ਤੂੰ ਵੀ ਆਪਣੀ ਮਰਜ਼ੀਆਂ ਕੀਤੀਆਂ ਚਾਚਾ ਮੇਰੀ ਗੱਲ ਸੁਣ ਸਾਥ ਤੋਂ ਜ਼ਿਆਦਾ ਬਹਿਸ ਹੁੰਦੀ ਕਾਈ ਨਹੀਂ ਅਸੀਂ ਤਾਂ ਬੂਏ ਬੂਏ ਪਿੰਦੇ ਵਦੇ ਆ ਅਸੀਂ ਇਹਨੂੰ ਲੈ ਕੇ ਜਾਵੀਏ ਤੇ ਜਾਵੀਏ ਕਿਤੇ ਇਹ ਜਿਵੇਂ ਆਇਆ ਹੈ ਨਾ ਮੂੰਹ ਗਰਬਾ ਇੱਥੇ ਤੇਰੇ ਬੂਹੇ ਤੇ ਇਹ ਇੱਥੇ ਹੀ ਪਿਆ ਰਵੇ ਸਾਥੂ ਕੋਈ ਨਹੀਂ ਲਾ ਜਮੀਨ ਦਾ ਨਾ ਸਾਡੇ ਕੋਲ ਕਾਸ਼ਾ ਹੈ ਕੋਈ ਨਹੀਂ ਚਿਕਣਾ ਮੇਰਾ ਵਾਸ ਸਹੀ ਹੋਏ ਮੈਂ ਦੀ ਖਿਦਮਤ ਕਰ ਸਕਦੀ ਆ ਨਾ ਮੇਰੇ ਕੋਲ ਕੋਈ ਪੈਸਾ ਤੇ ਨਾ ਕੋਈ ਇਲਾਜ ਦੇ ਮੈਂ ਕੁਝ ਕਰ ਸਕਦੀ ਆ ਨਾਲੇ ਬੰਦਾ ਆਵੇ ਵੀ ਤੇ ਹਾਲ ਚਾਲ ਵੀ ਪੁੱਛ ਲੈਂਦਾ ਕਿ ਕੀ ਹਾਲ ਹੈ ਠੀਕ ਠਾਕ ਆ ਤੂੰ ਚੁੱਪ ਕਰ ਵੱਡਿਆਂ ਦੀ ਗੱਲਾਂ ਨਾ ਬੋਲਿਆ ਕਰ ਆ ਨਿੱਕਾ ਜਿਹਾ ਮਾਸੂਮ ਹੈ ਸਾਡਾ ਇਹ ਕਦੀ ਕਿਸੇ ਦੇ ਬੂਹੇ ਤੇ ਜਾ ਕੇ ਖਾਂਦਾ ਕਦੀ ਕੋਈ ਇਹਦਾ ਇਹਦੇ ਕੱਪੜੇ ਸਾਨੂੰ ਲੈ ਕੇ ਦਿੰਦਾ ਚਾਹੇ ਤੇ ਕਦੀ ਕੋਈ ਲੈ ਕੇ ਦੇ ਛੱਡਦਾ ਇਹ ਸਾਡੇ ਪਿਓ ਜਿਹੜਾ ਕਮਾਇਆ ਇਸ ਗੱਤਿਆ ਕੀ ਦੇ ਹੋ ਅਜ਼ਾਬ ਭੋਗਦਾ ਪਿਆ ਨਾ ਜੇ ਸਾਰੀ ਜ਼ਿੰਦਗੀ ਤੋਂ ਸਾਨੂੰ ਅਜ਼ਾਬ ਦਿੱਤੇ ਨੂੰ ਹੋ ਹੋ ਮੈਂ ਕੀ ਫਾਇਦਾ ਤੁਸੀਂ ਆ ਕੇ ਤੋਰ ਨਾ ਮੈਂ ਚੰਗਾ ਤੁਹਾਨੂੰ ਸਦਿਆ ਹੀ ਕਿ ਤੁਹਾਡਾ ਵੇਖ ਕੇ ਪਿਓ ਖੁਸ਼ ਹੋ ਸੀ ਔਲਾਦ ਨੂੰ ਤੁਸੀਂ ਉੱਤੋਂ ਆ ਕੇ ਹੋਰ ਦੁੱਖ ਵਧਾ ਛੱਡੋ ਹਸਪਤਾਲ ਕਿ ਜੇ ਸਰਕਾਰੀ ਦਾਖਲ ਕਰਾ ਛੱਡੋ ਨਾ ਤੇ ਆ ਕੇ ਦੀ ਖਿਦਮਤ ਕਰ ਲਈ ਸਾਂ ਹੋ ਸਾਡੇ ਕੋਲ ਨਾ ਕੋਈ ਪੈਸਾ ਹੈ ਤੇ ਨਾ ਕੁਝ ਸਾਡਾ ਜਵਾਬ ਹੈ ਦੋਤੋ ਮੇਰੇ ਤਾਂ ਬੂਹੇ ਤੇ ਮੈਂ ਤਾਂ ਚਿੰਦਾ ਨਹੀਂ ਵੱਡਾ ਵਿਰਾ ਹੈ ਜਿੱਦਾਂ ਹੋ ਸਕਿਆ ਮੈਂ ਤਾਂ ਕਰਨੀ ਹੈ ਮੋੜ ਮੈਂ ਤਾਂ ਮੁੜ ਕਰਨੀ ਹੀ ਹੈ ਹੁਣ ਆ ਚੁੱਕਿਆ ਬੂਹੇ ਤੇ ਵੱਡਾ ਵਿਰਾ ਮੈਥੋਂ ਤਾਂ ਨਹੀਂ ਚਿਕਿੰਦਾ ਛੱਡਿੰਦਾ ਉੱਠਿਓ ਤਾਂ ਡਾਕਟਰ ਕੋਲ ਜਾਣ ਦਾ ਵੀ ਟਾਈਮ ਹੋ ਗਿਆ ਜੇ ਲੱਭਦਾ ਤਾਂ ਘੰਟਾ ਘੰਟਾ ਬਾਣਾ ਪਾਉਂਦਾ ਉੱਥੇ ਵੀ ਤੇਰੇ ਮਗੇ ਬਹੁ ਬਹੁ ਫਿਰ ਡਾਕਟਰ ਟਾਈਮ ਹੋਇਆ ਖਲਾ ਜਾ ਕੇ ਸੀਟ ਮਲੀਏ ਤਾਂ ਦੋ ਘੰਟੇ ਬਾਅਦ ਵਾਰੀ ਆਉਂਦੀ ਹੈ ਗੱਲ ਦੱਸੂ ਆਮ ਯਾਸੀਨ ਬਿਰਾ ਮੈਂ ਤੈਨੂੰ ਬਾਕੀ ਔਲਾਦ ਮੇਰੀ ਸੱਚੀ ਸਾਰੀ ਜ਼ਿੰਦਗੀ ਮੈਂ ਇਹਨਾਂ ਦਾ ਪਰਵਤ ਨਹੀਂ ਕੀਤਾ ਮੈਂ ਜੁੱਗੀ ਜਾਈ ਨਹੀਂ ਇਹਨਾਂ ਨੇ ਬਣਾ ਦਿੱਤੀ ਇਹ ਕਦੀ ਕਿਸੇ ਬੂਹੇ 'ਚ ਰੁਲਦੇ ਵਦਨ ਕਸੀ ਕੀ ਕਦੀ ਕਿਸੇ ਬੂਹੇ 'ਚ ਮੇਰੇ 'ਚ ਅਗਰ ਅਕਰ ਸ਼ਹੂਰ ਹੁੰਦਾ ਨਾ ਤਾਂ ਮੈਂ ਆਪਣੀ ਜਗ੍ਹਾ ਬਣਾ ਕੇ ਕੋਠੜਾ ਗੱਤ ਕੇ ਦਿਨਾਂ ਲੜਾਈ ਬੈਠਾ ਹਾਂ ਬਿਲਕੁਲ ਠੀਕ ਹੈ ਚੇਰ ਮੇਰੇ ਦੀ ਸੱਚ ਆ ਗਈ ਆਪਣੀ ਕੀਤੀਆਂ ਦਿੰਦਾ ਪਿਆ ਮੇਰੇ ਅੱਲਾ ਮੈਨੂੰ ਮਾਫ਼ ਕਰੇ ਮੈਂ ਵਾਕਈ ਆਪਣੀ ਕੀਤੀਆਂ ਦਿੰਦਾ ਪਿਆ ਅਗਰ ਮੈਂ ਔਲਾਦ ਨਾਲ ਚੰਗਾ ਹੁੰਦਾ ਅੱਜ ਔਲਾਦ ਮੇਰੇ ਨਾਲ ਚੰਗੀ ਹੋਵੇ ਇਹਨਾਂ ਨੂੰ ਸੇਕ ਆਵੇ ਮੇਰਾ ਕਿਸੇ ਨੂੰ ਕੋਈ ਸੇਕ ਨਹੀਂ ਮੈਂ ਵੀ ਇੰਨਾ ਕਰਿੰਦਾ ਰਿਹਾ ਇਹਨਾਂ ਦੇ ਨਾਲ ਮੇਰੇ ਅੱਲਾ ਮਾਫ਼ ਕਰੀ ਮੇਰੇ ਮਾਲਕ ਅਸਲਾਮ ਅਲੈਕੁਮ ਵੀਵਰ ਸਾਡੀ ਸਟੋਰੀ ਤੁਸਾਂ ਸੋਰੀ ਸਾਡੀ ਸਟੋਰੀ ਤੁਸਾਂ ਵੇਖ ਹੀ ਲਈ ਹੋ ਸੀ ਸਾਡਾ ਇੱਕ ਛੋਟਾ ਜਿਹਾ ਹੀ ਮੈਸੇਜ ਹੈ ਜ਼ਿਆਦਾ ਲੰਮਾ ਨਹੀਂ ਤੁਸੀਂ ਇਹ ਸੋਚਦੇ ਪਏ ਹੋ ਸੋ ਕਿ ਇਹ ਸਟੋਰੀ ਨਾ ਕਿਵੇਂ ਕੀਤੀ ਹੈ ਕਿ ਇੱਕ ਵਾਲ ਪਿਓ ਬਈ ਵਾਲਦੈਨ ਬਿਮਾਰ ਹੈ ਅਤੇ ਬੱਚੇ ਜਵਾਬ ਦੇ ਕੇ ਵਗ ਗਏ ਨੋ ਉਹਦੀ ਉਹਨਾਂ ਕੋਈ ਖਿਦਮਤ ਨਹੀਂ ਕੀਤੀ ਕੋਈ ਸੇਵਾ ਨਹੀਂ ਕੀਤੀ ਉਹ ਇਸ ਵਾਸਤੇ ਕਿਉਂਕਿ ਇਹ ਹਕੀਕਤ ਇੱਕ ਕਹਾਣੀ ਹੈ ਸੱਚੀ ਦੀ ਕਹਾਣੀ ਹੈ ਜਿਸ 'ਤੇ ਅਸੀਂ ਸਟੋਰੀ ਬਣਾਈਏ ਕਿ ਇੱਕ ਪਿਓ ਸਾਰੀ ਜ਼ਿੰਦਗੀ ਉਸ ਕਮਾਇਆ ਉਸ ਉਹ ਆਪਣਾ ਉਡਾਇਆ ਹੈ ਯਾਸ਼ੀਆਂ 'ਤੇ ਉਹਦੀ ਔਲਾਦ ਉਹ ਆਪਣਾ ਲੋਕਾਂ ਦੇ ਬੂਹਿਆਂ 'ਤੇ ਧੱਕੇ ਲੈਣ ਉਹਦੀ ਸਮਾਂ ਪਿੰਨ ਪਿੰਨ ਕੇ ਲੋਕਾਂ ਕੋਲੋਂ ਆਪਣੀ ਔਲਾਦ ਨੂੰ ਖਵਾਇਆ ਹੈ ਆਖਿਆ ਇਹ ਦੇ ਆ ਕੇ ਵੀ ਔਲਾਦ ਵੱਡੀ ਹੋ ਗਈ ਉਹ ਵੀ ਵਿਚਾਰੇ ਇੱਦੋਂ ਅੱਧੋਂ ਮੰਗ ਪਿੰਨ ਕੇ ਖਾਵੇਂ ਲੱਗ ਗਏ ਜਵਾਨ ਧੀ ਬੈਠੀ ਉਹਦੀ ਅਜੇ ਸ਼ਾਦੀ ਨਹੀਂ ਹੋਈ ਅਤੇ ਅਜੇ ਤੱਕ ਮਾਂ ਪਿੰਨ ਕੇ ਖਵਾਈਂਦੀ ਵਧੀਆ ਆਪਣੀ ਧੀ ਨੂੰ ਅਤੇ ਪੋਤ ਜਿਵੇਂ ਉਹਨਾਂ ਦੇ ਉੱਤੇ ਕਿਉਂਕਿ ਪਿਓ ਦਾ ਸਾਇਆ ਕੋਈ ਨਾ ਡਰ ਕੋਈ ਨਾ ਇਸ ਵਜ੍ਹਾ ਤੂੰ ਉਹ ਵਿਗੇ ਗਏ ਠੀਕ ਹੈ ਨਾ ਅਤੇ ਜਿਹੜਾ ਹੈ ਪਿਓ ਉਹ ਕਮਾ ਕਮਾ ਕੇ ਅਤੇ ਯਾਸ਼ਿਆ 'ਚ ਉਡਾ ਉਡਾ ਕੇ ਹੁਣ ਬੇਵਾਰਿਸ ਹੋ ਕੇ ਆਪਣੇ ਵਿਆਹ ਦੇ ਬੂਹੇ 'ਤੇ ਪਿਆ ਹੈ ਉਹਨੂੰ ਖਵਾਵਾਂ ਵਾਲਾ ਕੋਈ ਨਹੀਂ ਉਹਦਾ ਇਲਾਜ ਕਰਨ ਵਾਲਾ ਕੋਈ ਨਹੀਂ ਉਹਦਾ ਵਿਆਹ ਇਲਾਜ ਕਰਦਾ ਪਿਆ ਹੈ ਔਲਾਦ ਜਵਾਬ ਦਿੱਤਾ ਕਿਉਂਕਿ ਉਹ ਅੱਕੀ ਸੱਤੀ ਹੋਈ ਤਾਂ ਤੰਗ ਹੀ ਇਤਨੀ ਆ
एक साड़ा छोटा जिया एक क्योंकि वाकया सही था ऐसा स्टोरी काय छड़ी है कदी पूछने नहीं आए ओ पूछे ही नहीं आए क्योंकि ओ ना जैसे ओ सोच देन पे ओ दे बावे कि साड़े सानो उसकी में अजाब दिते न किवे कोई आप दिते ना इतना ये सी जलील होंदे वदे हैं ओ पूछे ही नहीं हम देवा ने साड़े कहाँ मार जावे पे आ जावे जिथे साड़ा कोई लगता नहीं है ते साड़ी स्टोरी तुसा वेख लई है बाकी स्टोरी अच्छी लगे ते मैसेज दे अच्छे अच्छे काय छड़िया है ते साड़े जी चैनल का नाँ है जीवन मलंगी जी साढ़े आज के अदाकार हैं गुलशन ते भाई का नाम की उमेर उमेर जी उमेर ते अमन शेर मुकद्दस मोहसिन अली साड़ा नन्ना मुन्ना एक्टर जी जीवन तालिब साड़ा उस्ताद मोहतरम मोहम्मद इकबाल मोहम्मद इकबाल ते असनैन है इस टाइम कैमरे के पिछे ते साड़ी बाकी की टीम अज नहीं आई कोई काम आई उन्होंने इस वजह तो नहीं आई बाकी साढ़े चैनल का नाँ है जीवन मलंगी ऑफिशियल मुकद्दस अली विलॉग बोला मलंगी मुकद्दस मलिक ऑफिशियल ते आमद शेर ऑफिशियल नादिया मलिक एचडी टीवी ते राणा वसीम ऑफिशियल जी ना बोल जान दें जी वीवा माफ कर दो यार जितने साडे चैनल है ना ना ही बोल जान लग जांदी है दस्ते दस्ते ते मोड़ भी ਤੁਹਾਡੀ ਮਿਹਰਬਾਨੀ ਤੁਸੀਂ ਸਾਰੇ ਚੈਨਲ ਵੇਖ ਸਾਡੇ ਸਾਰੇ ਸਾਰੇ ਚੈਨਲ ਤੁਸੀਂ ਵਾਚ ਕਰਦੇ ਹੋ ਸਾਨੂੰ ਆਪਣੇ ਚੈਨਲਾਂ ਦਾ ਵੀ ਨਾਮ ਬੋਲ ਜਾਂਦੇ ਨੇ ਤੇ ਕੀ ਇਹਦਾ ਨਾਮ ਹੈ ਤੁਸੀਂ ਸਾਡਾ ਚੈਨਲ ਵਾਚ ਕਰਦੇ ਹੋ ਸਾਨੂੰ ਆਪਾਂ ਟੀਮ ਕੀਮਤੀ ਟਾਈਮ ਕਾਢ ਕੇ ਦਿੰਦੇ ਹੋ ਸਾਡੀਆਂ ਵੀਡੀਓ ਵਾਸਤੇ ਇਸ ਵਾਸਤੇ ਬਹੁਤ ਸ਼ੁਕਰੀਆ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।